ਜੰਮੂ ਕਸ਼ਮੀਰ ਦੇ ਪੁੰਛ ਵਿੱਚ ਦੋ ਭਾਰਤੀ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਦੇ ਨਾਲ ਕੀਤੀ ਵੱਢ ਟੁੱਕ ਦੇ ਮੁੱਦੇ ਤੇ ਭਾਰਤ ਨੇ ਅੱਜ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਤ ਨੂੰ ਤਲਬ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੋਪਾਲ ਬਾਗਲੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਭਾਰਤ ਕੋਲ ਇਸ ਘਟਨਾ ਦੇ ਸਬੂਤ ਨੇ। ਉਹਨਾਂ ਕਿਹਾ ਕਿ ਰੋਜ਼ਾ ਨਾਲਾ ਤੱਕ ਖੂਨ ਦੇ ਨਿਸ਼ਾਨ ਦਿਖਦੇ ਨੇ, ਜੋ ਸਾਫ਼ ਸਬੂਤ ਹੈ ਕਿ ਕਾਤਲ ਸਰਹੱਦ ਪਾਰ ਆਏ ਅਤੇ ਵਾਪਸ ਪਰਤੇ। ਬਟਲ ਚੌਂਕੀ ਤੋਂ ਪਾਕਿਸਤਾਨੀ ਫੌਜ ਨੇ ਗੋਲੀਬਾਰੀ ਕੀਤੀ। ਇਹ ਗੋਲੀਬਾਰੀ ਹਮਲੇ ਨੂੰ ਢਾਲ ਦੇਣ ਲਈ ਹੀ ਕੀਤੀ ਗਈ ਸੀ। ਬਾਗਲੇ ਨੇ ਜਾਣਕਾਰੀ ਦਿੱਤੀ ਕਿ ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਜੋ ਵੀ ਇਸ ਹਮਲੇ ਵਿੱਚ ਪਾਕਿਸਤਾਨੀ ਫੌਜ ਤੋਂ ਸ਼ਾਮਲ ਹੈ, ਉਸ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇ। ਭਾਰਤ ਨੇ ਇਸ ਹਮਲੇ ਨੂੰ ਭੜਕਾਊ ਕਾਰਵਾਈ ਮੰਨਿਆ ਹੈ।